ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੀ ਵਤਨ ਵਾਪਸੀ ਦਾ سلسلہ ਨਾਲ ਨਾਲ ਜਾਰੀ ਹੈ ਮੋਗਾ ਦਾ ਜਸ਼ਨਦੀਪ ਵੀ ਯੂਕਰੇਨ ਤੋਂ ਸੁਰੱਖਿਅਤ ਆਪਣੇ ਘਰ ਪਹੁੰਚਿਆ ਜਸ਼ਨ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉੱਥੇ ਫਸੇ ਜਿਹੜੇ ਬਾਕੀ ਵਿਦਿਆਰਥੀ ਨੇ ਉਹਨਾਂ ਨੂੰ ਕੱਢਣ ਦਾ ਜਿਹੜਾ ਪ੍ਰੋਸੈਸ ਹੈ ਉਸ ਵਿੱਚ ਸਰਕਾਰ ਨੂੰ ਤੇਜ਼ੀ ਲਿਆਉਣੀ ਚਾਹੀਦੀ ਹੈ ਜਸ਼ਨ ਨੇ ਕਿਹਾ ਕਿ ਉੱਥੇ ਰਹਿ ਰਹੇ ਵਿਦਿਆਰਥੀਆਂ ਨੂੰ ਹੌਲੀ-ਹੌਲੀ ਖਾਣ ਦੀ ਦਿੱਕਤ ਜਿਹੜੀ ਹੈ ਉਹ ਆਉਣੀ ਸ਼ੁਰੂ ਹੋ ਚੁੱਕੀ ਆ ਜਸ਼ਨ ਨੇ ਭਾਰਤ ਸਰਕਾਰ ਤੋਂ ਅਪੀਲ ਕਰਦੇ ਆ ਅੱਖਿਆ ਕਿ ਉਥੇ ਫਸੇ ਵਿਦਿਆਰਥੀਆਂ ਨੂੰ ਸਰਕਾਰ ਜਲਦ ਬਾਹਰ ਕੱਢ ਲਿਆਵੇ ਤੇ 22 ਸਾਲ ਦੇ ਜਸ਼ਨਪ੍ਰੀਤ ਦੀ ਅੱਜ ਘਰ ਵਾਪਸੀ ਹੋਈ ਹੈ ਪਰਿਵਾਰਕ ਮੈਂਬਰ ਬਹੁਤ ਖੁਸ਼ ਨਜ਼ਰ ਆ ਰਹੇ ਨੇ ਪਾਵੁਕ ਵੀ ਹੋਏ ਨੇ ਪਹਿਲਾਂ ਜਸ਼ਨ ਨਾਲ ਹੀ ਗੱਲ ਕਰ ਲੈਣੇ ਆ ਜਸ਼ਨ ਬਹੁਤ-ਬਹੁਤ ਮੁਬਾਰਕਾਂ ਬਹੁਤ ਪਰਿਵਾਰ ਤੁਹਾਡਾ ਜਿਹੜਾ ਤੁਸੀਂ ਉੱਥੇ ਗੱਲ ਕੀਤੀ ਸੀਗੀ ਸਾਡੇ ਨਾਲ ਜੀ ਪੰਜਾਬ ਤੇ ਕਿਹਾ ਸੀਗਾ ਕਿ ਸੇਫ ਹੋ ਪਰ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇ ਹਾਲਾਤ ਨੇ ਉੱਥੇ ਤੇ ਕੀ ਉੱਥੋਂ ਦੇ ਲੋਕ ਕਹਿੰਦੇ ਨੇ ਉੱਥੇ ਸਰ ਇੱਕ ਤਾਂ ਸਿਟੀ ਦੇ ਵਿੱਚ ਕਰਫਿਊ ਲੱਗਿਆ ਹੋਇਆ ਹੈ ਤੇ ਉੱਥੇ ਬਾਹਰ ਨਿਕਲਣਾ ਸਾਨੂੰ ਅਲਾਉਡ ਨਹੀਂ ਹੈ ਸਾਨੂੰ ਹੋਸਟਲ ਦੇ ਵਿੱਚ ਰਹਿਣਾ ਪੈ ਰਿਹਾ ਵਾ ਤੇ ਇਵੈਕੂਏਸ਼ਨ ਚੱਲ ਤੇ ਰਹੀ ਹੈ ਬਟ ਇੱਕ ਦਿਨ ਦੇ ਵਿੱਚ 250 ਤੋਂ 300 ਸਟੂਡੈਂਟ ਹੀ ਕੱਢਿਆ ਜਾ ਰਿਹਾ ਵਾ ਤੇ ਜਿਹੜਾ ਕੀ ਹੁਣ ਬਹੁਤ ਸਲੋ ਪ੍ਰੋਸੈਸ ਹੈ ਬਟ ਇਸ ਤੋਂ ਤੇਜ਼ ਹੋ ਸਕਦੀ ਹੈ ਪ੍ਰੋਸੈਸ ਬਟ ਫਲਾਈਟ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹੈ ਅੱਜ ਕਿੰਨੇ ਕਿੰਨੇ ਬੱਚੇ ਤੁਹਾਡੇ ਕਿੰਨੇ ਦੋਸਤ ਸੀਗੇ ਉਹ ਨਾਲ ਆਏ ਥੋਡੇ ਅੱਜ ਉਥੋਂ ਯੂਕਰੇਨ ਤੋਂ ਸਾਰਾ 250 ਦੇ ਸਟੂਡੈਂਟ ਸੀਗੇ ਸਾਡੀ ਫਲਾਈਟ ਦੇ ਵਿੱਚ ਸਾਡੇ ਸਾਡੀ ਯੂਨੀਵਰਸਿਟੀਆਂ ਦੇ ਸੀਗੇ ਤੇ ਉਹ ਸਾਰੇ ਸਾਡੇ ਨਾਲ ਇੱਥੇ ਵਾਪਸ ਆਏ ਆ ਉਹ ਲਗ ਲਗ ਸਟੇਟਸ ਦੇ ਸਾਰੇ ਸੀਗੇ ਤੇ 250 ਸਟੂਡੈਂਟਸ ਦੀ ਫਲਾਈਟ ਸੀਗੀ ਤੇ ਰੋਜ਼ 250 250 ਕਰਕੇ ਸਾਡੇ ਹੰਗਰੀ ਬਾਰਡਰ ਤੋਂ ਫਲਾਈਟਸ ਆ ਰਹੀਆਂ ਨੇ ਉਹ ਬੁਡਾਪੇਸਟ ਲੈ ਕੇ ਜਾਂਦੇ ਨੇ ਉੱਥੋਂ ਫਲਾਈਟਸ ਆ ਰਹੀਆਂ ਨੇ ਉੱਥੋਂ ਸਿੱਧਾ ਲੱਜਾ ਕੇ ਜੀ ਪੰਜਾਬ ਤੇ ਜਸ਼ਨਦੀਪ ਮਾਤਾ ਜੀ ਜਿਹੜੇ ਆ ਭਾਵੁਕ ਹੋਏ ਸੀਗੇ ਗੱਲ ਕਰਦੇ ਕਰਦੇ ਕਹਿੰਦੇ ਸੀਗੇ ਜੇ ਬੱਚਾ ਕਹਿ ਰਿਹਾ ਕਿ ਮੈਂ ਉੱਥੇ ਠੀਕ ਠਾਕ ਆ ਪਰ ਮਾਪਿਆਂ ਨੂੰ ਜਿਹੜੀ ਆ ਉਸ ਦੀ ਟੈਨਸ਼ਨ ਜ਼ਰੂਰ ਹੁੰਦੀ ਰਹਿੰਦੀ ਹੈ ਜਦੋਂ ਤੱਕ ਇੱਥੇ ਅੱਖਾਂ ਸਾਹਮਣੇ ਨਹੀਂ ਆ ਜਾਂਦਾ ਉਦੋਂ ਤੱਕ ਟੈਨਸ਼ਨ ਉਵੇਂ ਰਹੂਗੀ ਟੈਨਸ਼ਨ ਦੂਰ ਹੋਈ ਮਾਤਾ ਜੀ ਹਾਂਜੀ ਟੈਨਸ਼ਨ ਜਰੂਰ ਦੂਰ ਹੋਈ ਹੈ ਬੱਚੇ ਨੂੰ ਦੇਖ ਕੇ ਪਰ ਮੇਰੀ ਇੰਡੀਅਨ ਗਵਰਨਮੈਂਟ ਅੱਗੇ ਤੇ ਆਪਣਾ ਇੰਡੀਅਨ ਵੈਨਸੀ ਅੱਗੇ ਇਹੀ ਆਪਣਾ ਰਿਕੁਐਸਟ ਹੈ ਕਿ ਪਲੀਜ਼ ਜਿੰਨੇ ਵੀ ਬੱਚੇ ਉੱਥੇ ਬੈਠੇ ਆ ਸਾਰਿਆਂ ਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਉਹਨਾਂ ਨੂੰ ਇੰਡੀਆ ਵਾਪਸ ਲਿਆਂਦਾ ਜਾਵੇ ਜਿਸ ਤਰ੍ਹਾਂ ਮੈਨੂੰ ਇੱਕ ਸ਼ਾਂਤੀ ਮਿਲੀ ਆਪਣੇ ਬੇਟੇ ਨੂੰ ਦੇਖ ਕੇ ਤਾਂ ਕਿ ਸਾਰੀਆਂ ਮਾਵਾਂ ਨੂੰ ਆਪਣੇ ਪੁੱਤਾਂ ਨੂੰ ਦੇਖ ਕੇ ਆਪਣੇ ਧੀਆਂ ਨੂੰ ਦੇਖ ਕੇ ਐਵੇਂ ਜਿਵੇਂ ਉਹਨਾਂ ਨੂੰ ਵੀ ਸ਼ਾਂਤੀ ਮਿਲ ਸਕੇ ਹੂੰ ਜਸ਼ਨ ਦੇ ਦਾਦੀ ਮਾ ਜੀ ਕੀ ਕਹਿਣਾ ਚਾਹੋਗੇ ਪੋਤਾ ਅੱਜ ਘਰ ਆਇਆ ਕਿਸ ਤਰ੍ਹਾਂ ਦਾ ਮਾਹੌਲ ਹੈ ਖੁਸ਼ੀ ਵਾਲਾ ਮਾਹੌਲ ਹੈ ਤੇ ਕੀ ਗੱਲਬਾਤ ਹੋਈ ਹੈ ਕੋਈ ਗੱਲਬਾਤ ਹੋਈ ਹੋਣੀ ਪੁੱਤੇ ਨਾਲ हां जी ਮੇਰੇ ਪੋਤਾ ਇਹ ਕਹਿ ਰਿਹਾ ਕਿ ਮੈਨੂੰ ਤਾਂ ਉੱਥੇ ਕੋਈ ਤਕਲੀਫ ਨਹੀਂ ਸੀਗੀ ਪਰ ਮੈਨੂੰ ਸਾਨੂੰ ਤਾਂ ਬਹੁਤ ਜ਼ਿਆਦਾ ਫਿਕਰ ਸੀਗਾ ਪਰ ਕਿ ਅੱਜ ਸਾਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡਾ ਬੱਚਾ ਘਰ ਆਇਆ ਹੈਗਾ ਜਿਸ ਤਰ੍ਹਾਂ ਸਾਡਾ ਬੱਚਾ ਘਰ ਆਇਆ ਹੈਗਾ ਇਸੇ ਤਰ੍ਹਾਂ ਹੀ ਸਾਰਿਆਂ ਦੇ ਬੱਚਿਆਂ ਨੂੰ ਘਰ ਲਿਆਂਦਾ ਜਾਵੇ ਪਰ ਉਹਨਾਂ ਦੀ ਮਾਵਾਂ ਨੂੰ ਵੀ ਇਸੇ ਤਰ੍ਹਾਂ ਹੀ ਸ਼ਾਂਤੀ ਮਿਲੇ ਜਿਦਾ ਕਿ ਸਾਨੂੰ ਸ਼ਾਂਤੀ ਮਿਲਦੀ ਹੈ ਜਸ਼ਨਦੇ ਫਾਦਰ ਸਾਹਿਬ ਨਾਲ ਗੱਲ ਕਰ ਰਹੇ ਡਾਕਟਰ ਕੁਲਵਿੰਦਰ ਸਿੰਘ ਨਾਲ ਡਾਕਟਰ ਸਾਹਿਬ ਜੀ ਪੰਜਾਬ ਤੇ ਤੁਸੀਂ ਹਰਿਆਣਾ ਤੇ ਗੱਲ ਕੀਤੀ ਸੀਗੀ ਕਿ ਜਲਦ ਤੋਂ ਜਲਦ ਜਿਹੜੇ ਦੂਜੇ ਵੀ ਬੱਚੇ ਜਿਹੜੇ ਆ ਸੁਰੱਖਿਆ ਤੇ ਇੱਥੇ ਆਉਣ ਅੱਜ ਸੁਰੱਖਿਤ ਜਿਹੜਾ ਜਸ਼ਨ ਘਰ ਪਹੁੰਚਿਆ ਕੀ ਕਹਿਣਾ ਚਾਹੋਗੇ ਕੀ ਅਪੀਲ ਕਰੋਗੇ ਭਾਰਤ ਸਰਕਾਰ ਨੂੰ ਮੈਂ ਤਾਂ ਇੰਡੀਆ ਗਵਰਨਮੈਂਟ ਨੂੰ ਇਹੀ ਕਹਿਣਾ ਚਾਹਣਾ ਵੀ ਬੱਚਿਆਂ ਨੂੰ ਉੱਥੋਂ ਜਲਦੀ ਤੋਂ ਜਲਦੀ ਕੱਢਿਆ ਜਾਵੇ ਕਿਉਂਕਿ ਉੱਥੇ ਵਾਰ ਸਿਚੁਏਸ਼ਨ ਜਿਹੜੀ ਹੈਗੀ ਨਾ ਬਹੁਤ ਜ਼ਿਆਦਾ ਪੈਨਿਕ ਹੋ ਰਿਹਾ ਹੈ ਬੱਚੇ ਉਹਨਾਂ ਨੂੰ ਜਲਦੀ ਕੱਢਿਆ ਕੋਈ ਬਾਂਕਰ ਚ ਲੁਕਿਆ ਹੋਇਆ ਕੋਈ ਕਿਤੇ ਬੈਠਾ ਕੋਈ ਕਿਤੇ ਬੈਠਾ ਉਹਨੂੰ ਫੂਡ ਦੀ ਬੜੀ ਪ੍ਰੋਮੋ ਟੀਵੀ ਤੇ ਹਰ ਰੋਜ਼ ਦੇਖਦੇ ਹਾਂ ਕਿ ਕੋਈ ਬੱਚਾ ਕਿਤੇ ਫਸਿਆ ਹੋਇਆ ਕਿਤੇ ਫਸਿਆ ਹੋਇਆ ਕੀ ਵਾਲੀ ਸਾਈਡ ਤੇ ਤੇ ਉਧਰਲੀ ਸਾਈਡ ਦੇ ਜਿਹੜੇ ਬੱਚੇ ਫਸੇ ਆ ਉਹਨਾਂ ਨੂੰ ਪਹਿਲਾਂ ਕੱਢਿਆ ਜਾਵੇ ਹੂੰ ਤੇ ਸਭ ਤੋਂ ਪ੍ਰੀਫਰੈਂਸ ਪਹਿਲਾਂ ਉਹਨਾਂ ਨੂੰ ਦਿੱਤੀ ਜਾਵੇ ਉਹ ਬੱਚੇ ਬਾਰ-ਬਾਰ ਕਹਿ ਰਹੇ ਵੀ ਸਾਨੂੰ ਕੱਢੋ ਸਾਨੂੰ ਕੱਢੋ ਮੇਰੀ ਦਾ ਭਾਰਤ ਸਰਕਾਰ ਨੂੰ ਇਹ ਅਪੀਲ ਹੈ ਵੀ ਪਹਿਲਾਂ ਉਹਨਾਂ ਬੱਚਿਆਂ ਨੂੰ ਸੇਫਲੀ ਕੱਢਿਆ ਜਾਵੇ ਨਵਦੀਪ ਸਿੰਘ ਜੀ মিডিਆ ਮੋਗਾ